ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਦੋ ਜਹਾਨ ਦੇ ਵਾਲੀ ਸ਼ਬਦ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਜੀ ਹਜ਼ੂਰੀ ਅੰਦਰ ਸਵਾਈਮਾਨ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਸਤਸੰਗ ਜੀ ਆਓ ਹੁਕਮ ਹੋਇਆ ਸੀ ਆਪ ਸੰਗਤਾਂ ਦੇ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਸਤਿਗੁਰਾਂ ਨੇ ਸੁਭਾਗਾ ਸਮਾਂ ਬਖਸ਼ਿਆ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਆਪ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਇਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਮਹਾਰਾਜ ਦਾ ਬਚਨ ਹੈ ਬਿਨ ਭਾਗਾਂ ਸਤਸੰਗ ਨਾ ਲੱਭੈ ਤੇ ਜਿਨ੍ਹਾਂ ਨੂੰ ਨਹੀਂ ਲੱਭਦੀ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਕੀ ਘਾਟਾ ਪੈਂਦਾ ਮਹਾਰਾਜ ਕਹਿੰਦੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਮੈਲ ਪਰ ਸੰਗਤ ਨਾ ਕਰੀਏ ਤੇ ਮੈਲ ਭਰ ਜਾਂਦੀ ਹੈ ਆਓ ਆਪਾਂ ਥੋੜਾ ਜਿਹਾ ਸਮਾਂ ਸਾਨੂੰ ਹੁਕਮ ਹੋਇਆ ਆਪਾਂ ਦੋ ਚਾਰ ਬਚਨ ਸਾਂਝੇ ਕਰਨੇ ਆ ਵੈਸੇ ਤਾਂ ਇਸ ਸਟੇਜ ਤੋਂ ਇੱਕ ਵੀ ਐਸਾ ਬਚਨ ਨਹੀਂ ਹੋਣਾ ਜਿਹੜਾ ਸਾਂਭਣ ਵਾਲਾ ਨਾ ਹੋਵੇ ਇੱਕ ਵੀ ਐਸਾ ਬਚਨ ਨਹੀਂ ਹੋਣਾ ਜਿਹੜਾ ਸਿੱਖ ਦੇ ਸਾਂਭਣ ਵਾਲਾ ਨਾ ਹੋਵੇ ਸੋ ਇਸ ਵਾਸਤੇ ਇੱਕ ਇੱਕ ਬਚਨ ਨੂੰ ਬੜੀ ਗੰਭੀਰਤਾ ਨਾਲ ਸੁਣਨਾ ਇਹ ਸਾਡੀ ਸਿੱਖੀ ਦੇ ਵਿੱਚ ਆਉਂਦਾ ਹੈ ਆਓ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਚਿੱਤ ਦੀ ਹਾਜ਼ਰੀ ਵਾਸਤੇ ਗੱਜ ਵੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਇਹ ਖਾਲਸਿਆਂ ਦਾ ਬੋਲਣ ਚੜ੍ਹਦੀ ਕਲਾ ਦੇ ਨਾਲ ਸਾਈ ਧੱਜ ਕੇ ਬੈਠੇ ਹੋ ਤੇ ਜੇ ਰਸਨਾ ਤੇ ਫਤਿਹ ਨਹੀਂ ਤੇ ਜ਼ਿੰਦਗੀ ਦੇ ਕਿਹੜੇ ਪੱਖ ਤੋਂ ਫਤਿਹ ਭਾਲਦੇ ਹੋ ਫਿਰ ਆਖਿਓ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜੀਵਨ ਦੇ ਦੋ ਪੱਖ ਮੋਟੇ ਮੋਟੇ ਨੇ ਧਿਆਨ ਦੇ ਕੇ ਸੁਣਿਓ ਸੰਗਤ ਜੀ ਜਿਨ੍ਹਾਂ ਨੇ ਮੱਥਾ ਟੇਕਣ ਆਉਣਾ ਹੈ ਜਿਨ੍ਹਾਂ ਨੇ ਬਹਿਣਾ ਹੈ ਜਿਨ੍ਹਾਂ ਨੇ ਸੇਵਾ ਕਰਨੀ ਉਹਨਾਂ ਨੇ ਕਰਨੀ ਉਹਨਾਂ ਨੇ ਤੁਰਨਾ ਫਿਰਨਾ ਮੱਥਾ ਟੇਕਣ ਨੇ ਤੁਰ ਕੇ ਆਉਣਾ ਹੈ ਜਿਹੜੇ ਬੈਠੇ ਹੁੰਦੇ ਆ ਨਾ ਉਹ ਆਪਣੀ ਬਿਰਤੀ ਨੂੰ ਹਿਲਾਉਂਦੇ ਨੇ ਦੇਖੋ ਕਿੱਡੇ ਵੱਡੇ ਮਹਾਂਪੁਰਖਾਂ ਦੇ ਦਰ ਤੇ ਬੈਠੇ ਹੋ ਤੇ ਜੇ ਬਿਰਤੀ ਇੱਥੇ ਵੀ ਡੋਲਦੀ ਰਹੀ ਪਾਰੇ ਤਰ੍ਹਾਂ ਤੇ ਸ਼ਾਂਤ ਕਿੱਥੇ ਹੋਵੋਗੇ ਕਿੱਥੇ ਸ਼ਾਂਤੀ ਮਿਲੇਗੀ ਇਹ ਸ਼ਾਂਤੀ ਨਹੀਂ ਜੇ ਸ਼ਾਂਤ ਚਿੱਤ ਹੋਣਾ ਚਾਹੁੰਦੇ ਹੋ ਨਾ ਫਿਰ ਬਿਰਤੀ ਨੂੰ ਟਿਕਾਉਣ ਦਾ ਵੱਲ ਸਿੱਖੀਏ ਬਿਰਤੀ ਨੂੰ ਟਿਕਾਓ ਏਦਾਂ ਪਿਆਸੇ ਨੂੰ ਪਿਆਸ ਲੱਗੀ ਹੋਵੇ ਨਾ ਤੇ ਮੂੰਹ ਨਾਲ ਗਲਾਸ ਲਾ ਕੇ ਉਹਨਾਂ ਚਿਰ ਲਾਉਂਦਾ ਨਹੀਂ ਜਿੰਨਾ ਚਿਰ ਮੁੱਕ ਨਾ ਜਾਵੇ ਪਾਣੀ ਜਾਂ ਜਿੰਨਾ ਚਿਰ ਪਿਆਸ ਹੈ ਚੰਗੀ ਤਰ੍ਹਾਂ ਬੁੱਝ ਨਾ ਤਸੱਲੀ ਨਾ ਜੇ ਨਾ ਇੱਕ ਗਲਾਸ ਨਾਲ ਪਿਆਸ ਪੂਰੀ ਹੋਵੇ ਤੇ ਅਗਲਾ ਫਿਰ ਗਲਾਸ ਅੱਗੇ ਕਰਦਾ ਹੋਰ